ਮਖੂ ਸਾਹਿਬ ਮਾਂ ਬਾਬਤ ਤੁਸੀਂ ਬੜਾ ਕੁਝ ਬੋਲਿਆ ਹੈ, ਮਾਂ ਤੇ ਕਥਾ ਵੀ ਬੜੀ ਕੀਤੀ ਹੈ, ਪਰ ਬੜੇ ਵਿਦਵਾਨਾਂ ਨੇ ਮਾਂ ਤੇ ਬੜਾ ਕੁਝ ਲਿਖਿਆ, ਬੜਾ ਕੁਝ ਬੋਲਿਆ ਹੈ, ਪਰ ਮਾਂ ਦੇ ਜਿਉਂਦਿਆਂ ਗੱਲਾਂ ਹੋਰ ਹੁੰਦੀਆਂ। ਪਿਛਲੇ ਦਿਨਾਂ ਦੇ ਵਿੱਚ ਆਪਾਂ ਦੋਵਾਂ ਨੇ ਮਾਂ ਗਵਾਈ ਹੈ, ਮਾਂ ਦੇ ਜਾਣ ਤੋਂ ਬਾਅਦ ਕਿਵੇਂ ਮਹਿਸੂਸ ਕਰ ਰਹੇ ਹੋ? ਗੱਲ ਇਹ ਹੈ ਵੀ ਬੜੇ ਭੋਗਾਂ ਤੇ ਬੋਲਿਆ, ਮਾਂ ਬਾਰੇ ਬਹੁਤ ਕੁਛ ਬੋਲਿਆ, ਕਈ ਘੰਟੇ ਦੀਆਂ ਵੀਡੀਓਜ਼ YouTube ਤੇ ਪਈਆਂ ਨੇ, ਪਰ ਜਿੱਦਣ ਆਪਣੀ ਮਾਂ ਦਾ ਭੋਗ ਸੀ ਨਾ, ਉਦੋਂ ਕੁਛ ਆਉਣ ਨਹੀਂ ਸੀ ਰਿਹਾ ਵੀ ਕੀ ਬੋਲਣਾ। ਮੈਂ ਤਾਂ ਛੋਟੀ ਜਿਹੀ ਇੱਕੋ ਗੱਲ ਅਕਸਰ ਹੀ ਕਹਿੰਦਾ ਹੁੰਦਾ ਮਾਂ, ਬਈ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਨਾ, ਉਹ ਬੜੀ ਇੱਕ ਭਿਅੰਕਰ ਪੀੜਾ ਵਿੱਚੋਂ ਲੰਘਦੀ ਹੁੰਦੀ ਹੈ। ਵੈਸੇ ਤੇ ਉਹ ਪੀੜਾ ਬੜੇ ਚਿਰ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਹੈ, ਪਰ ਜਦੋਂ ਬੱਚੇ ਦਾ ਬਰਥ ਹੁੰਦਾ ਨਾ, ਇੱਕ ਬੜੀ ਭਿਅੰਕਰ ਪੀੜਾ ਦੇ ਵਿੱਚੋਂ ਗੁਜ਼ਰਦੀ ਹੈ। ਉਸ ਪੀੜਾ ਦੇ ਵਿੱਚੋਂ ਜਦੋਂ ਗੁਜ਼ਰ ਰਹੀ ਹੁੰਦੀ ਹੈ ਨਾ, ਤੇ ਇੱਕਦਮ ਬੱਚੇ ਦੇ ਰੋਣ ਦੀ ਆਵਾਜ਼ ਉਹਦੇ ਕੰਨਾਂ ਦੇ ਵਿੱਚ ਪੈਂਦੀ ਹੈ। ਜਿਉਂ ਹੀ ਬੱਚੇ ਦੇ ਰੋਣ ਦੀ ਆਵਾਜ਼ ਉਹਦੇ ਕੰਨਾਂ ਦੇ ਵਿੱਚ ਪੈਂਦੀ ਹੈ ਨਾ, ਤੇ ਉਹਦਾ ਧਿਆਨ ਆਪਣੀਆਂ ਪੀੜਾਂ ਵਾਲੇ ਪਾਸੇ ਚੱਕਿਆ ਜਾਂਦਾ। ਇੰਜ ਕਹਿ ਲਓ ਵੀ ਤੁਹਾਡੀ ਆਵਾਜ਼ ਜਿਹੜੀ ਹੈ ਨਾ, ਪਹਿਲੀ ਤੁਹਾਡੀ ਜਿਹੜੀ ਆਵਾਜ਼ ਹੈ, ਪਹਿਲੇ ਦਿਨ ਦੀ ਤੁਹਾਡੀ ਆਵਾਜ਼ ਹੈ, ਮਨ ਉਹਦੇ ਸਾਰੇ ਦਰਦਾਂ ਦਾ ਹੱਲ ਹੈ, ਉਹਦੇ ਜ਼ਖਮਾਂ ਤੇ ਮਲਮ ਹੈ, ਉਹਨੂੰ ਸਾਰੇ ਆਪਣੇ ਦੁੱਖ ਭੁੱਲ ਜਾਂਦੇ ਹੈ, ਸਾਰੇ ਆਪਣੇ ਦਰਦ ਭੁੱਲ ਜਾਂਦੇ ਹੈ, ਤੇ ਉਹਨੂੰ ਇੰਜ ਲੱਗਦਾ ਵੀ ਹੁਣ ਆਹ ਜਿਹੜਾ ਮੇਰੇ ਪੇਟ ਵਿੱਚ ਸੀ ਨਾ, 9 ਮਹੀਨੇ ਜਿਹਨੇ ਗੁਜ਼ਾਰੇ ਹੈ, ਇਹਨੂੰ ਇੱਕ ਵਾਰੀ ਮੇਰੀ ਛਾਤੀ ਤੇ ਲਟਾ ਦਿਓ, ਉਹ ਮਾਂ ਹੈ। ਫਿਰ ਤੁਸੀਂ ਇੱਕ ਚੀਜ਼ ਦੇਖੋ, ਮੈਨੂੰ ਕੋਈ ਮੇਰੀ ਉਂਗਲ ਕੱਟੇਗਾ ਨਾ ਤੇ ਮੈਨੂੰ ਪੀੜ ਹੁੰਦੀ ਹੈ, ਮੇਰੀ ਕੋਈ ਬਾਂਹ ਕੱਟੇਗਾ ਮੈਨੂੰ ਪੀੜ ਹੁੰਦੀ ਹੈ, ਤੇ ਕੱਟਣ ਵਾਲਾ ਕਵੇ ਵੀ ਤੂੰ ਪੀੜ ਕਿਉਂ ਮਨਾਉਣਾ, ਤੇ ਮੈਂ ਕਹਾਂਗਾ ਬਾਈ ਜੀ ਮੇਰਾ ਪਾਰਟ ਆਫ ਬਾਡੀ ਹੈ, ਮੈਨੂੰ ਤਾਂ ਪੀੜ ਹੁੰਦੀ ਹੈ। ਮੈਨੂੰ ਇੰਜ ਲੱਗਦਾ ਵੀ ਬੱਚਾ ਵੀ ਨਾ, ਮਾਂ ਦਾ ਨਾੜੂਆ ਕੱਟ ਕੇ ਵੱਖਰਾ ਕੀਤਾ ਗਿਆ ਸੀ, ਅਸੀਂ ਉਹਦਾ ਪਾਰਟ ਆਫ ਬਾਡੀ ਹਾਂ, ਜਿਹੜਾ ਉਹ ਤੁਹਾਡਾ ਦਰਦ ਮਹਿਸੂਸ ਕਰ ਸਕਦੀ ਹੈ ਨਾ, ਜਾਂ ਤੁਹਾਡਾ, ਵੱਖਰੀ ਗੱਲ ਹੈ ਕਿ ਉਹ ਜ਼ੁਬਾਨ ਤੋਂ ਪੇਸ਼ ਕਰੇ ਜਾਂ ਨਾ ਕਰੇ, ਇਹ ਡਿਫਰੈਂਟ ਮੈਟਰ ਆ ਗਿਆ, ਪਰ ਜੋ ਤੁਹਾਡਾ ਦਰਦ ਉਹ ਮਹਿਸੂਸ ਕਰ ਸਕਦੀ ਹੈ ਨਾ, ਉਹ ਤੁਹਾਡਾ ਦੁਨੀਆ ਤੇ ਦਰਦ ਕੋਈ ਨੀ ਮਹਿਸੂਸ ਕਰ ਸਕਦਾ। ਮੈਂ ਤੇ ਇੱਕੋ ਹੀ ਗੱਲ ਕਹਾਂਗਾ ਤੁਹਾਨੂੰ ਅਖੀਰ ਦੇ ਉੱਪਰ, ਬਈ ਹਰਪਾਲ ਸਿੰਘ ਜੀ ਜਦੋਂ ਮਾਂ ਮਰ ਜਾਂਦੀ ਹੈ ਨਾ, ਬਸ ਇੰਜ ਕਹਿ ਲਓ ਵੀ ਸੱਚੀ ਮੁੱਚੀ ਮਾਂ ਹੀ ਮਰ ਜਾਂਦੀ ਹੈ, ਇਹ ਸੱਚ ਹੈ ਦੁਨੀਆ ਦਾ। ਇਹ ਤੇ ਹੈ।